ਪੁਰਾਣੀਆਂ ਫਲੋਪੀ ਡਿਸਕਾਂ ਸੁੱਟਣ ਵਾਲੀਆਂ ਚੀਜ਼ਾਂ ਹਨ। ਤੁਸੀਂ ਉਹਨਾਂ ਨੂੰ ਅਲਮੀਨੀਅਮ ਦੇ ਹਿੱਸੇ ਤੋਂ ਬਹੁਤ ਵਧੀਆ ਕਲਾਕ੍ਰਿਤੀ ਬਣਾ ਸਕਦੇ ਹੋ ਤੁਸੀਂ ਉਹਨਾਂ ਦੇ ਅਲਮੀਨੀਅਮ ਵਾਲੇ ਹਿੱਸੇ ਤੋਂ ਬਹੁਤ ਵਧੀਆ ਕਲਾਕ੍ਰਿਤੀਆਂ ਬਣਾ ਸਕਦੇ ਹੋ। ਫਲੋਪੀ ਡਿਸਕ ਨੂੰ ਖੋਲ੍ਹਣ ਦੇ ਲਈ ਇਸ ਦੇ ਉੱਪਰ ਲੱਗਾ ਰੈਕਟੈਂਗੂਲਰ ਟੁਕੜਾ ਹਟਾ ਦਿਓ, ਫਿਰ ਦੋ ਪਲਾਸਟਿਕ ਦੇ ਟੁਕੜੇ ਖੋਲ੍ਹਣ ਨਾਲ ਤੁਸੀਂ ਚੁੰਬਕੀ ਗੋਲ ਫਿਲਮ ਦੇਖ ਸਕਦੇ ਹੋ ਜੋ ਡਾਟਾ ਸਟੋਰ ਕਰਦੀ ਹੈ। ਇਹ ਫਿਲਮ ਗੋਲ ਮੈਟਲ ਦੀ ਡਿਸਕ ਉੱਤੇ ਲੱਗੀ ਹੋਈ ਹੈ। ਕੋਈ ਵਧੀਆ ਕਲਾਕ੍ਰਿਤੀ ਬਣਾਉਣ ਲਈ ਇਹਨਾਂ ਵਸਤਾਂ ਨੂੰ ਵਰਤੋ, ਜਿਵੇਂ ਕਿ ਕੁਝ ਰੈਕਟੈਂਗੂਲਰ ਟੁਕੜਿਆਂ ਨਾਲ ਤੁਸੀਂ ਵਧੀਆ ਦਿਖਣ ਵਾਲੀ ਕੁਰਸੀ ਬਣਾ ਸਕਦੇ ਹੋ। ਤੁਸੀਂ ਇਹਨਾਂ ਨਾਲ ਡਾਇਨਾਸੋਰਸ ਵੀ ਬਣਾ ਸਕਦੇ ਹੋ। ਪਤਲੀ ਐਲੂਮੀਨੀਅਮ ਨੂੰ ਕੱਟ ਕੇ ਬੱਕਰੀ ਵਰਗਾ ਜਾਨਵਰ ਵੀ ਬਣਾ ਸਕਦੇ ਹੋ। ਤੁਸੀਂ ਤੁਰਦਾ ਹੋਇਆ ਆਦਮੀ ਵੀ ਬਣਾ ਸਕਦੇ ਹੋ। ਇੱਕ ਦਰਜਨ ਦੇ ਲਗਭਗ ਰੈਕਟੈਂਗੂਲਰ ਟੁਕੜਿਆਂ ਨਾਲ ਤੁਸੀਂ ਬਹੁਤ ਸੋਹਣੀ ਫੁੱਲ ਵਰਗੀ ਟਰਬਾਈਨ ਬਣਾ ਸਕਦੇ ਹੋ। ਇਹਨਾਂ ਡਿਸਕਾਂ ਨੂੰ ਇੱਕ ਦੂਜੇ ਦੇ ਪਿੱਛੇ ਜੋੜ ਕੇ ਇੱਕ ਪਰੀਆਂ ਵੀ ਬਣਾ ਸਕਦੇ ਹੋ। ਰੀਫਿਲ ਦੇ ਨਾਲ ਦੋ ਪਹੀਆਂ ਨੂੰ ਜੋੜ ਕੇ ਪਹੀਆਂ ਦਾ ਜੋੜਾ ਵੀ ਬਣਾ ਸਕਦੇ ਹੋ। ਇਹ ਸੱਚੀ ਹੀ ਕਬਾੜ ਤੋਂ ਬਣਨ ਵਾਲੀ ਕਲਾ ਹੈ ਜੋ ਕਿ ਬਹੁਤ ਖੂਬਸੂਰਤ ਲੱਗਦੀ ਹੈ।